ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਹਲਕਾ ਬੱਸੀ ਪਠਾਣਾ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਨਾਜ ਮੰਡੀ ਵਿੱਚ ਸੰਗਤ ਦਰਸ਼ਨ ਕੀਤਾ ਗਿਆ, ਜਿਸ ਵਿੱਚ ਮੁੱਖ ਮੰਤਰੀ ਬਾਦਲ ਵੱਲੋਂ ਜਿੱਥੇ ਹਲਕੇ ਦੇ 84 ਪਿੰਡਾਂ ਨੂੰ 7 ਕਰੋੜ ਅਤੇ ਬੱਸੀ ਪਠਾਣਾ ਸ਼ਹਿਰ ਦੀ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਦੇ ਲਈ 2 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਸੰਗਤ ਦਰਸ਼ਨ ਕਰਦੇ ਹੋਏ ਬਾਦਲ ਨੇ ਕਿਹਾ ਕਿ ਸ਼ਹਿਰ ਵਿੱਚ ਕੋਈ ਵੀ ਗੁੱਟਬੰਦੀ ਨਹੀਂ ਹੈ। ਸ਼ਹਿਰ ਉਮੀਦਵਾਰਾਂ ਦੇ ਹਲਕੇ ਬਦਲੇ ਗਏ ਨੇ, ਪਰ ਕੋਈ ਵੀ ਉਮੀਦਵਾਰ ਇੱਕ ਦੂਜੇ ਦਾ ਵਿਰੋਧ ਨਹੀਂ ਕਰ ਰਿਹਾ। ਸਵਾਤਰ ਦੀ ਪੁੱਛੋ ਕਿ ਕਹਿੰਦੇ ਸਾਰਾ ਬੁਰਾ ਪਾਪ ਜੱਬਰ ਪਾਪ ਕਿਹਨੇ ਕੀਤਾ? ਤੁਹਾਨੂੰ ਪਤਾ ਪਾਣੀ ਕਿਹਨੇ ਖੋਇਆ, ਰਾਜਧਾਨੀ ਕਿਹਨੇ ਖੋਈ ਹੈ, ਪੰਜਾਬੀ ਬੋਲਦੇ ਇਲਾਕੇ ਕਿਹਨੇ ਖੋਇਆ, ਕਿਹੜੀ ਪਾਰਟੀ ਨੇ ਖੋਇਆ, ਤੁਹਾਨੂੰ ਸਵਾਲ ਪੁੱਛਣਾ। ਸਾਰਾ ਜੋ ਨੁਕਸਾਨ ਬੇਟਾ ਹੋਇਆ ਪੰਜਾਬ ਦਾ, ਇੰਡਸਟਰੀ ਉਹਨਾਂ ਨੇ ਸਾਡੀ ਇੱਥੋਂ ਪਹੁੰਚਾ ਦਿੱਤੀ, ਗੁਆਂਢੀ ਸੂਬੇ ਨੂੰ ਦੇ ਦਿੱਤੀ, ਕੋਈ ਕਸਰ ਨਹੀਂ ਛੱਡੀ, ਸਾਡਾ ਨੁਕਸਾਨ ਪੈਂਦਾ। ਇਸ ਕਰਕੇ ਧਾਰਮਿਕ ਤੌਰ 'ਤੇ ਵੀ ਕੀਤੇ, ਆਰਥਿਕ ਤੌਰ 'ਤੇ ਵੀ ਸਾਡੇ ਕੀਤੇ ਹੈ। ਤੁਹਾਡੀ ਸੈਂਟਰ ਦੇ ਵਿੱਚ ਅਤੇ ਤੁਸੀਂ ਕਲੇਮ ਕਿਉਂ ਨਹੀਂ ਕਰ ਲੈਂਦੇ? ਤੁਸੀਂ ਕਲੇਮ ਸਾਡੀ ਕਲੇਮ ਤਾਂ ਸਾਰੇ ਕਰਦੇ ਆ। ਇੱਕ ਚੀਜ਼ ਮਾਰਨੀ ਮਾਰਿਆ ਤਾਂ ਸਾਰਾ ਕਾਂਗਰਸ ਨੇ, ਉਹਨਾਂ ਦੇ ਜਗਾਓ ਹਰ ਗੱਲ 'ਚੋਂ ਆਖਣਗੇ। ਆ ਪਾਣੀ ਦਾ ਮਸਲਾ ਹੈ, ਸਾਡੀ ਜਿੰਦ ਜਾਨ ਹੈ ਪਾਣੀ ਦੇ ਸਿਰ 'ਤੇ ਹੀ, ਆਪਾਂ ਸਾਰੇ ਹਾਂ, ਤੁਸੀਂ ਵੀ ਅਸੀਂ ਵੀ, ਜੋ ਕੁਛ ਹੈ ਖੇਤੀ 'ਤੇ ਨਿਰਭਰ ਹੈ, ਖੇਤੀ ਪਾਣੀ 'ਤੇ। ਹੁਣ ਦੇਖੋ ਨਾ, ਫੈਸਲਾ ਇੰਦਰਾ ਗਾਂਧੀ ਨੇ ਕੀਤਾ ਨਹਿਰ ਪੱਟਣ ਦਾ, ਖੁਦ ਨਹਿਰ ਪੱਟਣ ਆਈ, ਜ਼ਬਰਦਸਤੀ ਦਰਬਾਰਾ ਸਿਰ ਦਸਤ ਕਰਾਈ। ਹੁਣ ਕਾਂਗਰਸ ਵਾਲੇ ਆਏ, ਅਸੀਂ ਰੋਕਾਂਗੇ, ਕੀ ਹੈ ਇਹ ਤਮਾਸ਼ਾ ਬਣਾਇਆ ਇਹਨਾਂ ਨੇ। ਜੋ ਨੁਕਸਾਨ ਕੀਤਾ ਕਾਂਗਰਸ ਪਾਰਟੀ ਨੇ, ਕਦੇ ਕੋਈ ਦੁਸ਼ਮਣ ਪਾਰਟੀ ਵਿੱਚ ਕਰ, ਆਪਦਾ ਕੇਸ ਪਬਲਿਕ ਕੋਲ ਰੱਖਣਾ ਹੈ। ਅਸੀਂ ਕਿਸੇ ਨੂੰ ਕਾਹਦੇ ਨਹੀਂ ਮੁਕਾਬਲਾ, ਕਿਹਦੇ ਨਾਲ ਆਉਣਾ, ਪਬਲਿਕ ਨੇ ਫੈਸਲਾ ਕਰਨਾ, ਜੋ ਪਬਲਿਕ ਫੈਸਲਾ ਕਰੇਗੀ ਸਾਰੇ ਸਿਰ। ਮਾਤਾ ਸਾਹਿਬ ਤੁਸੀਂ ਦੱਸੋ, 5 ਸਾਲ ਰਹੇ, ਇੱਕ ਨਿਸ਼ਾਨੀ ਆਪਦੀ ਦੱਸਾਂ, ਇਸੀ ਪੰਜਾਬ ਵਾਸਤੇ ਯਾਦਗਾਰਾਂ ਪਹਿਲਾਂ ਕਿੰਨੀਆਂ ਬਣਾਈਆਂ, ਗੁਰੂ ਰਾਮਦਾਸ ਜੀ ਦੀ, ਭਗਵਾਨ ਵਾਲਮੀਕਿ ਜੀ ਦੀ, ਹਰੀਸ਼ ਕੰਬਰਾ, ਇੰਨੀਆਂ ਯਾਦਗਾਰਾਂ ਆਪਾਂ ਬਿੰਦਾ ਸਿੰਘ ਬਹਾਦਰ ਦੀ ਇੱਥੇ ਤੁਹਾਡੇ ਨੇੜੇ ਹੈ। ਇਸ ਕਰਕੇ ਤਾਂ ਕੰਮਾਂ ਗਿਣਾਵਾਂ ਤਾਂ ਘੰਟਾ ਕੰਮ ਹੀ ਨਹੀਂ ਗਿਣੇ ਜਾਣੇ। ਖੰਨਾ ਤੋਂ ਸੰਜੂ ਸੈਨੀ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। Audio Jungle.